जहाँ बरकतें मिलती हैं, जहाँ बरकतें मिलती हैं, आओ खुदावन के घर चले, जहाँ नेमतें मिलती हैं, जहाँ नेमतें मिलती हैं, आओ खुदावन के घर चले, आओ खुदावन के घर चले। तेरी हजूरी मेरे नाल नाल होवे, तेरी हजूरी मेरे नाल नाल होवे, जिथे भी जावां फते तेरे नाल दी होवे, जिथे मैं जावां फते तेरे नाल दी होवे, तेरी हजूरी मेरे नाल नाल होवे, तेरी हजूरी मेरे नाल नाल होवे। तेरी हजूरी मैथों वखरी ना होवे, वैरी शैतान मेरे लागे ना खलोवे, तेरी हजूरी मैथों वखरी ना होवे, वैरी शैतान मेरे लागे ना खलोवे, रूदी तलवार मेरे हत्थां विच होवे, रूदी तलवार मेरे हत्थां विच होवे, जिथे भी जावां फते तेरे नाल दी होवे, जिथे मैं जावां फते तेरे नाच होवे, तेरी हजूरी मेरे नाल नाल होवे, ओ तेरी हजूरी मेरे नाल नाल होवे। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰਿਓ, ਅੱਜ ਮਾਂ ਕਲੀਸੀਆ ਸੰਤ ਬਰਨਾਰਡ ਨੂੰ ਯਾਦ ਕਰਦੀ ਹੈ। ਸੰਤ ਬਰਨਾਰਡ ਇੱਕ ਸਾਧੂ ਅਤੇ ਕਲੀਸੀਆ ਦਾ ਵਿਦਵਾਨ ਸੀ। ਕਲੀਸੀਆ ਦੇ ਵਿੱਚ ਨਵੀਕਰਨ ਲਿਆਉਣ ਦੇ ਵਿੱਚ ਕਾਫੀ ਯੋਗਦਾਨ ਪਾਇਆ। ਉਸਦਾ ਨੇਕ ਜੀਵਨ ਸਾਡੇ ਸਾਰਿਆਂ ਲਈ ਇੱਕ ਵੱਡੀ ਮਿਸਾਲ ਹੈ। ਅੱਜ ਦਾ ਪਾਕ ਅੰਜੀਲ ਇਹ ਦੱਸਦਾ ਹੈ ਕਿ ਇੱਕ ਧਨਵਾਨ ਆਦਮੀ ਨੂੰ ਸਵਰਗਰਾਜ ਦੇ ਵਿੱਚ ਪ੍ਰਵੇਸ਼ ਹੋਣਾ ਇੰਨਾ ਕਠਿਨ ਹੈ ਕਿ ਇੱਕ ਊਂਠ ਨੂੰ ਸੂਈ ਦੇ ਨੱਕ ਦੇ ਵਿੱਚੋਂ ਗੁਜ਼ਰਨਾ ਇੰਨਾ ਮੁਸ਼ਕਲ ਹੈ। ਕਹਿਣ ਦਾ ਭਾਵ, ਆਨੰਦ ਜ਼ਿੰਦਗੀ, ਸਵਰਗਰਾਜ ਦੀ ਖੁਸ਼ੀ ਧਨ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ, ਇਹ ਖੁਦਾ ਦੀ ਦੇਣ ਹੈ। ਵਚਨ ਸਾਨੂੰ ਦੱਸਦਾ ਹੈ
ਇਨਸਾਨ ਲਈ ਸ਼ਾਇਦ ਅਸੰਭਵ ਹੈ ਪਰ ਖੁਦਾ ਦੇ ਲਈ ਸਭ ਕੁਝ ਸੰਭਵ ਹੈ। ਇਹ ਵਚਨ ਸਾਨੂੰ ਹੌਸਲਾ ਦਿੰਦਾ ਹੈ। ਆਓ ਅਸੀਂ ਇਹਨਾਂ ਸੋਚਾਂ ਦੇ ਨਾਲ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਹਿੱਸਾ ਲਈਏ। ਇਸ ਨੂੰ ਯੋਗ ਰੀਤ ਨਾਲ ਚੜਾਉਣ ਲਈ ਆਓ ਅਸੀਂ ਆਪਣੀਆਂ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਕਿ ਮੈਂ ਸੋਚੇ ਨਾਲ, ਬੋਲੇ ਨਾਲ, ਕਰਨ ਨਾਲ ਅਤੇ ਨਿਗਹਿ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਆਪਣੀ ਕਲੀਸਿਆ ਲਈ ਸੰਤ ਬਰਨਾਰਡ ਨੂੰ ਇੱਕ ਰਹਿਬਰ ਬਣਾ ਕੇ ਭੇਜਿਆ ਜੋ ਇੱਕ ਛਾਨਣ ਵਜੋਂ ਜਗਦਾ ਅਤੇ ਚਮਕਦਾ ਸੀ। ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਨਾਲ ਅਸੀਂ ਵੀ ਰੂਹ ਦੀ ਅੱਗ ਨਾਲ ਭਰ ਜਾਈਏ ਅਤੇ ਛਾਨਣ ਦੀ ਸੰਧਾਨ ਵਾਂਗ ਜੀਵਨ ਗੁਜ਼ਾਰੀਏ। ਸਾਡੇ ਪ੍ਰਭੂ ਯੇਸ਼ੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀ ਕਰ। ਆਮੀਨ। ਅੱਜ ਦਾ ਪਾਠ ਹਜ਼ਕੀਏਲ ਨਬੀ ਦਾ ਗ੍ਰੰਥ ਉਸਦਾ 28 ਬਾਬ 1 ਤੋਂ ਲੈ ਕੇ 10 ਆਇਤ ਤੱਕ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਸੂਰ ਦੇ ਸ਼ਾਸਕ ਨੂੰ ਇਹ ਦੱਸ ਜੋ ਮੈਂ ਪ੍ਰਭੂ ਪਰਮੇਸ਼ਵਰ ਕਹਿ ਰਿਹਾ ਹਾਂ। ਤੂੰ ਆਪਣੇ ਹੰਕਾਰ ਵਿੱਚ ਫੁੱਲਿਆ ਅਤੇ ਆਪਣੇ ਆਪ ਨੂੰ ਦੇਵਤਾ ਸਮਝਦਾ ਹੈ। ਤੂੰ ਕਹਿੰਦਾ ਹੈ ਕਿ ਦੇਵਤਾ ਦੀ ਤਰ੍ਹਾਂ ਤੂੰ ਸਿੰਘਾਸਨ ਉੱਤੇ ਬੈਠਾ ਹੋਇਆ ਹੈ ਅਤੇ ਤੇਰੇ ਚਾਰੇ ਪਾਸੇ ਸਮੁੰਦਰ ਹੈ। ਤੂੰ ਆਪ ਆਪਣੇ ਆਪ ਨੂੰ ਬੇਸ਼ੱਕ ਦੇਵਤਾ ਸਮਝ ਜਾਂ ਦੇਵੀ, ਪਰ ਤੂੰ ਅਸਲ ਵਿੱਚ ਹੈ ਇੱਕ ਮਨੁੱਖ ਹੀ। ਤੂੰ ਆਪਣੇ ਆਪ ਨੂੰ ਦਾਨੀਅਲ ਤੋਂ ਅਧਿਕ ਸਮਝਦਾਰ ਸਮਝਦਾ ਹੈ ਅਤੇ ਕਹਿੰਦਾ ਹੈ ਕਿ ਤੇਰੇ ਤੋਂ ਕੋਈ ਕੁਝ ਲੁਕਿਆ ਨਹੀਂ ਹੈ। ਤੇਰੀ ਬੁੱਧੀ ਅਤੇ ਸਿਆਣਪ ਨੇ ਤੈਨੂੰ ਸੋਨੇ ਅਤੇ ਚਾਂਦੀ ਨਾਲ ਧਨੀ ਬਣਾ ਦਿੱਤਾ ਹੈ। ਤੂੰ ਇੱਕ ਚਤੁਰ ਵਪਾਰੀ ਹੈ ਅਤੇ ਹਮੇਸ਼ਾ ਆਪਣੇ ਵਪਾਰ ਤੋਂ ਲਾਭ ਉਠਾਉਂਦਾ ਹੈ। ਤੈਨੂੰ ਆਪਣੀ ਸੰਮਤੀ ਉੱਤੇ ਕਿੰਨਾ ਮਾਣ ਹੈ। ਇਸ ਲਈ ਮੈਂ ਪ੍ਰਭੂ ਪਰਮੇਸ਼ਵਰ ਇਹ ਕਹਿ ਰਿਹਾ ਹਾਂ, ਤੂੰ ਸੋਚਦਾ ਹੈ ਅਤੇ ਤੂੰ ਦੇਵਤੇ ਜਿੰਨਾ ਅਕਲਮੰਦ ਹੈ। ਇਸ ਲਈ ਮੈਂ ਅਤਿਆਚਾਰੀ ਵੈਰੀਆਂ ਤੋਂ ਤੇਰੇ ਉੱਤੇ ਹੱਲਾ ਕਰਵਾਵਾਂਗਾ। ਉਹ ਤੇਰੇ ਸਭ ਮਾਲ ਧਨ ਨੂੰ ਜੋ ਤੂੰ ਆਪਣੀ ਬੁੱਧੀ ਅਤੇ ਸਿਆਣਪ ਨਾਲ ਇਕੱਠਾ ਕੀਤਾ ਹੈ ਨਾਸ਼ ਕਰ ਦੇਣਗੇ। ਉਹ ਤੈਨੂੰ ਮੁਰਦਿਆਂ ਦੇ ਸੰਸਾਰ ਵਿੱਚ ਘੱਲ ਦੇਣਗੇ ਅਤੇ ਉਹ ਤੈਨੂੰ ਸਮੁੰਦਰੀ ਮੌਤ ਦੇਣਗੇ। ਜਦੋਂ ਉਹ ਤੈਨੂੰ ਕਤਲ ਕਰਨ ਆਉਣਗੇ, ਕੀ ਤੂੰ ਉਸ ਸਮੇਂ ਵੀ ਦੇਵਤਾ ਹੋਣ ਦਾ
ਦਾਅਵਾ ਕਰੇਂਗਾ। ਜਦੋਂ ਤੂੰ ਆਪਣੇ ਕਾਤਲਾਂ ਦਾ ਸਾਹਮਣਾ ਕਰੇਂਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਤੂੰ ਕੇਵਲ ਮਾਨਵ ਹੈ, ਦੈਵੀ ਨਹੀਂ। ਤੂੰ ਇੱਕ ਕੁੱਤੇ ਦੇ ਵਾਂਗ ਅਧਰਮੀ ਵਿਦੇਸ਼ੀਆਂ ਦੇ ਹੱਥੋਂ ਮਰੇਂਗਾ। ਮੈਂ ਪ੍ਰਭੂ ਪਰਮੇਸ਼ਵਰ ਨੇ ਇਸ ਦੇ ਲਈ ਹੁਕਮ ਦਿੱਤਾ ਹੈ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਵਡਿਆਈ ਤੇਰੀ ਕਰਾਂਗਾ, ਮੇਰੇ ਸ਼ਾਹ ਖੁਦਾ ਬੰਦਾ, ਵਡਿਆਈ ਤੇਰੀ ਕਰਾਂਗਾ। ਸਦਾ ਤੇਕ ਬਿਆਨ ਕਰਾਂ ਕਿ ਤੇਰਾ ਹਾਲੇਲੂਯਾ ਸਤੁਤੀ ਗਾਏ ਹਮ ਯੇਸੂ ਕੀ ਸਤੁਤੀ ਗਾਏ ਹਮ ਹਾਲੇਲੂਯਾ ਸਤੁਤੀ ਗਾਏ ਹਮ ਯੇਸੂ ਕੀ ਸਤੁਤੀ ਗਾਏ ਹਮ ਪਾਸਾ ਔਰ ਮੋਤੀ ਕੋ ਅਪ
अपने लेगा कभी नहीं छोड़ेगा, आशीष को देगा साथ अपने लेगा कभी नहीं छोड़ेगा। हालेलुया स्तुति गाए हम यीशु की स्तुति गाए हम। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੋਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਦ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਤਦ ਯੇਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਕ ਅਮੀਰ ਆਦਮੀ ਲਈ ਸੁਰਗ ਰਾਜ ਵਿੱਚ ਦਾਖਲ ਹੋਣਾ ਬਹੁਤ ਔਖਾ ਹੋਵੇਗਾ। ਮੈਂ ਤੁਹਾਨੂੰ ਫਿਰ ਕਹਿੰਦਾ ਹਾਂ, ਇੱਕ ਅਮੀਰ ਆਦਮੀ ਲਈ ਖੁਦਾ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘ ਜਾਣਾ ਕਿਤੇ ਸੌਖਾ ਹੈ। ਜਦੋਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਬਹੁਤ ਹੀ ਹੈਰਾਨ ਹੋ ਗਏ ਅਤੇ ਉਹਨਾਂ ਨੇ ਕਿਹਾ, ਫਿਰ ਕੌਣ ਮੁਕਤੀ ਪਾ ਸਕਦਾ ਹੈ? ਪਰ ਯੇਸ਼ੂ ਨੇ ਉਹਨਾਂ ਵੱਲ ਨਿਗਾਹ ਕਰਕੇ ਕਿਹਾ, ਮਨੁੱਖ ਦੇ ਲਈ ਇਹ ਅਣਹੋਣਾ ਹੈ, ਪਰ ਖੁਦਾ ਦੇ ਲਈ ਸਭ ਕੁਝ ਸੰਭਵ ਹੈ। ਤਦ ਪਤਰਸ ਨੇ ਜਵਾਬ ਵਿੱਚ ਉਸਨੂੰ ਕਿਹਾ, ਵੇਖ ਅਸੀਂ ਤਾਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਆਏ ਹਾਂ, ਫਿਰ ਸਾਨੂੰ ਕੀ ਮਿਲੇਗਾ? ਯੇਸ਼ੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਨਵੀਂ ਸ੍ਰਿਸ਼ਟੀ ਵਿੱਚ ਜਦੋਂ ਮਨੁੱਖ ਦਾ ਪੁੱਤਰ ਆਪਣੇ ਜਲਾਲੀ ਸਿੰਘਾਸਨ ਉੱਤੇ ਬੈਠੇਗਾ, ਤਦ ਤੁਸੀਂ ਵੀ ਉਹਨਾਂ ਨੇ ਜਿਨ੍ਹਾਂ ਨੇ ਮੇਰੀ ਪੈਰਵੀ ਕੀਤੀ ਹੈ ਇਸਰਾਇਲ ਦੇ 12 ਕਬੀਲਿਆਂ ਉੱਤੇ ਫੈਸਲਾ ਸੁਣਾਉਣ ਲਈ 12 ਸਿੱਖਾਂਸਨ ਉੱਤੇ ਬੈਠੋਗੇ, ਅਤੇ ਹਰ ਕੋਈ ਜਿਸਨੇ ਮੇਰੇ ਨਾਂ ਦੀ ਖਾਤਰ ਘਰ ਜਾਂ ਭਰਾ ਜਾਂ ਭੈਣ ਜਾਂ ਪਿਤਾ ਜਾਂ ਮਾਤਾ ਜਾਂ ਬੱਚੇ ਜਾਂ ਖੇਤ ਤਿਆਗ ਦਿੱਤੇ ਹਨ, ਉਹ 100 ਗੁਣਾ ਪਾਵੇਗਾ ਅਤੇ ਆਨੰਦ ਜੀਵਨ ਦਾ ਵਾਰਿਸ ਹੋਵੇਗਾ। ਪਰ ਬਹੁਤ ਸਾਰੇ ਜੋ ਪਹਿਲੇ ਹਨ ਉਹ ਅਖੀਰਲੇ ਹੋਣਗੇ, ਅਤੇ ਜੋ ਅਖੀਰਲੇ ਹਨ ਉਹ ਪਹਿਲੇ ਹੋਣਗੇ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਦਾ ਰਸ ਤੈਨੂੰ ਚੜਾਈਏ ਪਾ
ਪ੍ਰਭੂ ਤੇ ਪਿਆਰੋਂ ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਏ ਪ੍ਰਭੂ, ਸ਼ਾਂਤੀ ਅਤੇ ਏਕਤਾ ਦਾ ਇਹ ਸਕਰਮੈਂਟ ਤੈਨੂੰ ਚੜਾਉਂਦੇ ਹੋਏ ਅਸੀਂ ਸੰਤ ਬਰਨਾਰਡ ਦੀ ਯਾਦ ਮਨਾਉਂਦੇ ਹਾਂ। ਉਸਨੇ ਆਪਣੇ ਵਚਨਾਂ ਅਤੇ ਕਰਮਾਂ ਰਾਹੀਂ ਕਲੀਸਿਆ ਵਿੱਚ ਸੱਚੀ ਏਕਤਾ ਅਤੇ ਸਾਂਝ ਨੂੰ ਬਣਾਏ ਰੱਖਣ ਲਈ ਅਣਥੱਕ ਮਿਹਨਤ ਕੀਤੀ। ਬਖਸ਼ ਦੇ ਕਿ ਅਸੀਂ ਵੀ ਉਸ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਕਲੀਸਿਆ ਦੇ ਵਫ਼ਾਦਾਰ ਬੱਚੇ ਬਣੀਏ, ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸੰਤਾਂ ਦੇ ਰਾਹੀਂ ਤੇਰਾ ਹੀ ਜਲਾਲ ਜਾਗਰ ਹੁੰਦਾ ਹੈ, ਕਿਉਂ ਜੋ ਉਹਨਾਂ ਦੀ ਸ਼ਾਨ ਤੇਰੀਆਂ ਦਾਤਾਂ ਦਾ ਹੀ ਤਾਜ ਹੈ। ਧਰਤੀ ਉੱਤੇ ਉਹਨਾਂ ਦੇ ਜੀਵਨ ਰਾਹੀਂ ਤੂੰ ਸਾਨੂੰ ਨੇਕ ਨਮੂਨਾ ਦਿੰਦਾ ਹੈ। ਉਹਨਾਂ ਨਾਲ ਸਾਡੇ ਮੇਲ ਦੁਆਰਾ ਤੂੰ ਸਾਨੂੰ ਉਹਨਾਂ ਦੀ ਦੋਸਤੀ ਦਾ ਵਰਦਾਨ ਦਿੰਦਾ ਹੈ। ਕਲੀਸਿਆ ਲਈ ਉਹਨਾਂ ਦੀ ਪ੍ਰਾਰਥਨਾ ਰਾਹੀਂ ਤੂੰ ਸਾਨੂੰ ਤਾਕਤ ਅਤੇ ਸੁਰੱਖਿਆ ਦਿੰਦਾ ਹੈ। ਗਵਾਹਾਂ ਦੀ ਇਹ ਮਹਾਨ ਸੰਗਤ ਸਾਨੂੰ ਸ਼ੈਤਾਨ ਉੱਤੇ ਫਤਿਹ ਪਾਉਣ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਅਸੀਂ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ ਉਹਨਾਂ ਦੇ ਸਦੀਵੀ ਮਹਿਮਾ ਦੇ ਇਨਾਮ ਵਿੱਚ ਹਿੱਸੇਦਾਰ ਬਣੀਏ। ਇਸ ਲਈ ਅਸੀਂ ਫਰਿਸ਼ਤਿਆਂ ਅਤੇ ਮਹਾਫਰਿਸ਼ਤਿਆਂ ਅਤੇ ਸਭ ਸੰਤਾਂ ਸੰਤਨੀਆਂ ਸਣੇ ਤੇਰੀ ਵਡਿਆਈ ਦਾ ਅਟੁੱਟ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੁੰਭਦੇ ਹੋਏ ਰੋਟੀ ਲਈ ਧੰਨਵਾਦ ਕਰਦੀਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਦੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਯਹ ਕਰਿਆ ਕਰੋ। ਇਹ ਮਨ ਦਾ ਭੇਦ ਹੈ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਐਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪਿੰਡ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤਨ ਕੁਵਾਰੀ ਮਰੀਅਮ ਖੁਦਾ ਦੀ ਮੰਦ ਨਾਲ ਉਸੇ ਕੁਵਾਰੀ ਦੇ ਮੁਬਾਰਕ ਵਰਸਨ ਦੀ ਉਸਬ ਦੇ ਨਾਲ ਤਨ ਰਸੂਲਾਂ ਅਤੇ ਤੇਰੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਕੁਛ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾਪੁਰੀ ਕੁਦਰਤ ਵਾਲੇ ਬਾਪ ਰੂਪ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਅਸਾਨ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ।
ਤੂੰ ਜੋ ਜੀਵਨ ਦਾ ਤਰਾਜ ਕਰਦਾ ਹੈ ਸਦਾ ਤੂੰ ਸਦਾ ਤੀ ਕਰ ਆਮੇਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ ਐਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਐਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਐਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ ਦੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਧੰਨ ਹਨ ਉਹ ਜਿਹੜੇ ਉਸਦੇ ਭੋਜ ਲਈ ਸੱਦੇ ਗਏ ਹਨ ਐ ਪ੍ਰਭੂ ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ राहों में कांटे अगर हो रुकना नहीं जग जाना राहों में कांटे अगर हो रुकना नहीं चलते जाना यीशु तेरे साथ है ये तो विश्वास करना के अंत तक वो तेरे साथ है राहों में कांटे अगर हो रुकना नहीं चलते जाना ਅਸੀਂ ਪ੍ਰਾਰਥਨਾ ਕਰੀਏ ਏ ਪ੍ਰਭੂ ਸੰਤ ਬਰਨਾਰਡ ਦੀ ਈਦ ਮਨਾਉਂਦੇ ਹੋਏ ਅਸੀਂ ਸਦੀਵੀ ਜੀਵਨ ਦੀ ਰੋਟੀ ਵਿੱਚ ਹਿੱਸਾ ਲਿਆ ਹੈ
ਬਖਸ਼ ਦੇ ਕਿ ਇਹ ਸਾਡੇ ਬਦਨ ਅਤੇ ਰੂਹ ਨੂੰ ਨਵਾਂ ਕਰੇ, ਤਾਂ ਜੋ ਸੰਤ ਬਰਨਾਰਡ ਦੀ ਸਿੱਖਿਆ ਨਾਲ ਰੋਸ਼ਨ ਹੋ ਕੇ ਅਤੇ ਉਸਦੇ ਨਮੂਨੇ ਨਾਲ ਪ੍ਰੇਰਿਤ ਹੋ ਕੇ ਅਸੀਂ ਵੀ ਮਨੁੱਖ ਬਣੇ, ਤੇਰੇ ਸ਼ਬਦ ਦੇ ਪਿਆਰ ਵਿੱਚ ਵੱਧਦੇ ਜਾਈਏ। ਉਹ ਜੋ ਜੀਵਨ ਦਾ ਤਿਰਾਜ ਕਰਦਾ ਹੈ, ਸਦਾ ਤੂੰ ਸਦਾ ਤੀ ਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ, ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਆਈ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇ ਤੂੰ ਖਾਲੀ ਕਿਆ ਹੋਵੇ ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਹਜ਼ਰਤ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ, ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ। ਯਸੂ ਰਾਜਾ ਦੇ ਖਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ, ਦੇ ਖਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ। ਜੀ ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ, ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ। ਮੇਰਾ ਬਲੀ ਵੀ ਯਹੋਵਾ ਤੂੰ, ਤੇ ਚਟਾਨ ਯਹੋਵਾ ਤੂੰ, ਮੇਰਾ ਬਲੀ ਵੀ ਯਹੋਵਾ ਤੂੰ, ਤੇ ਚਟਾਨ ਯਹੋਵਾ ਤੂੰ। ਓ ਮੇਰਾ ਬਲੀ ਵੀ ਯਹੋਵਾ ਤੂੰ, ਤੇ ਚਟਾਨ ਯਹੋਵਾ ਤੂੰ, ਮੇਰਾ ਬਲੀ ਵੀ ਯਹੋਵਾ ਚਟਾਨ ਯਹੋਵਾ ਤੂੰ। ਮੇਰੇ ਲੁਕਣੇ ਦੀ ਥਾਂ ਵੀ ਤੂੰ, ਮੇਰਾ ਮਾਣ ਯਹੋਵਾ ਤੂੰ, ਮੇਰੇ ਲੁਕਣੇ ਦੀ ਥਾਂ ਵੀ ਤੂੰ ਏ ਮੇਰਾ ਮਾਣ ਯਹੋਵਾ ਤੂੰ। ਉਹ ਤੇਰੇ ਲਿਖ ਲਿਖ ਗੀਤਾਂ ਨੂੰ ਮਨ ਖੁਸ਼ੀ ਨਾਲ ਭਰ ਜਾਵੇ, ਤੇਰੇ ਲਿਖ ਲਿਖ ਗੀਤਾਂ ਨੂੰ ਮਨ ਖੁਸ਼ੀਆਂ ਨਾ ਭਰ ਜਾਵੇ। ਜੀ ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ, ਮਿੱਠਾ ਨਾਮ ਯਹੋਵਾ ਦਾ ਮੇਰੇ ਦਿਲ ਵਿੱਚ ਵਸ ਜਾਵੇ। ਜੀ ਮੇਰੇ ਦਿਲ ਵਿੱਚ ਵਸ ਜਾਵੇ, ਮੇਰੇ ਦਿਲ ਵਿੱਚ ਵਸ ਜਾਵੇ।